ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੀਐਸਟੈਟ ਸੀਟੈਟ ਦੇ ਬਾਰੇ ਜੋ ਵੀ ਅਪਡੇਟਸ ਨਿਊ ਆ ਰਹੇ ਨੇ ਪੀਐਸਟੈਟ ਪੇਪਰ 2 ਬਾਰੇ ਵੀ ਤੇ ਪੀਐਸਟੈਟ ਪੇਪਰ 1 ਦੇ ਕੈਨਸਲ ਹੋ ਰਿਹਾ ਬਾਰੇ ਵੀ ਤੇ ਜਿਹੜਾ ਸੀਟੈਟ 2023 ਹੋਣ ਜਾ ਰਿਹਾ ਜੁਲਾਈ ਦੇ ਮਹੀਨੇ ਵਿੱਚ ਕਿਹਾ ਜਾ ਰਿਹਾ ਉਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਜੇ ਤੁਸੀਂ ਪੀਐਸਟੈਟ ਸੀਟੈਟ 2023 ਲਈ ਤਿਆਰੀ ਕਰ ਰਹੇ ਹੋ ਜਾਂ ਜਿਹੜਾ ਪੀਐਸਟੈਟ ਜਿਹੜਾ ਰੀਕੰਡਕਟ ਹੋਣ ਜਾ ਰਿਹਾ ਇਸ ਵਾਰੀ ਉਹਦੀ ਤਿਆਰੀ ਕਰ ਰਹੇ ਹੋ ਤਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਸੀਡੀਪੀ ਦੀਆਂ plus math science ਦੀਆਂ videos ਕਾਫੀ ਸਾਰੀਆਂ ਮਿਲ ਜਾਣਗੀਆਂ ਜੋ ਕਿ ਐਗਜ਼ਾਮ ਓਰੀਐਂਟਡ ਨੇ ਜਿਹੜਾ ਪੇਪਰ 12th ਨੂੰ ਆਇਆ ਸੀ ਉਹਦੇ ਵਿੱਚ ਵੀ CDP ਸੈਕਸ਼ਨ ਦੇ ਵਿੱਚੋਂ ਕਾਫੀ ਸਾਰਾ ਕੰਟੈਂਟ ਇਸ ਚੈਨਲ ਦੇ ਉੱਤੇ ਆਇਆ ਸੀਗਾ ਭਾਵੇਂ ਤੁਸੀਂ ਜਾ ਕੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਜੇ ਤੁਸੀਂ ਸੀਰੀਅਸ ਵੇ ਨਾਲ ਤਿਆਰੀ ਕਰਨਾ ਚਾਹੁੰਦੇ ਹੋ ਤੇ ਇਸ ਚੈਨਲ ਦੀ ਪਲੇਲਿਸਟ ਬਣੀ ਹੋਈਆਂ ਨੇ ਜਾ ਕੇ ਤੁਸੀਂ ਵਿਜ਼ਿਟ ਜ਼ਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਨ ਟਾਈਮ ਵਿੱਚ ਜਿੰਨੇ ਵੀ CET ATJ PISA स्टेट ਦੇ ਐਗਜ਼ਾਮ ਹੋਣਗੇ ਉਹਨਾਂ ਦੇ ਵਿੱਚ ਤੁਹਾਨੂੰ ਬਹੁਤ ਹੈਲਪ ਮਿਲੂਗੀ ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਅਪਡੇਟ ਦੀ ਗੱਲ ਕਰਦੇ ਆਪਾਂ ਸੀਟੈਟ 2023 ਜਿਹੜਾ ਕਿ ਜੁਲਾਈ ਮਹੀਨੇ ਹੋਣ ਜਾ ਰਿਹਾ ਹੁਣ ਕਿਹਾ ਇਹ ਜਾ ਰਿਹਾ ਵੀ ਸੀਟੈਟ ਜੁਲਾਈ ਮਹੀਨੇ ਹੋਊਗਾ ਜੋ ਕਿ ਇੱਕ ਸਹੀ ਵੀ ਆ ਕਿਉਂਕਿ ਸੀਟੈਟ ਦੇਖਣ ਦੇ ਵਿੱਚ ਆਇਆ ਵੀ ਹਰੇਕ 6 ਮਹੀਨਾ ਬਾਅਦ ਕੰਡਕਟ ਹੁੰਦਾ ਸੀਗਾ ਕਈ ਵਾਰੀ ਕੋਈ ਪ੍ਰੋਬਲਮ ਆ ਗਈ ਜਿਵੇਂ ਕਰੋਨਾ ਵਗੈਰਾ ਦੀ ਤਾਂ ਗੱਲ ਕਿ ਵੱਖਰੀ ਆ ਪਰ ਆਮ ਤੌਰ ਤੇ ਸੀਟੈਟ 6 ਮਹੀਨੇ ਬਾਅਦ ਆ ਹੀ ਜਾਂਦਾ ਤੇ ਹੁਣ ਜੁਲਾਈ ਮਹੀਨੇ ਵੀ ਸੀਟੈਟ ਆ ਰਿਹਾ ਹੁਣ ਸੀਟੈਟ ਨੂੰ ਮੈਂ ਕਿਉਂ کہہ ਰਿਹਾ ਕਿਉਂਕਿ ਕਈ ਬੱਚੇ ਨਾ ਸੀਟੈਟ ਨੂੰ ਐਵੇਂ ਹੀ ਸਮਝ ਕੇ ਛੱਡ ਦਿੰਦੇ ਆ ਵੀ ਚਲੋ ਇਹਦਾ ਕੀ ਫਾਇਦਾ ਆਪਾਂ ਨੂੰ ਮੇ ਮੇਰਾ ਮੰਨਣਾ ਹੈ ਇਹ ਆ ਵੀ ਜਦ ਤੁਸੀਂ ਸੀਟੈਟ ਤਿਆਰ ਕਰ ਰਹੇ ਹੋ ਤਾਂ ਪੀਐਸਟੈਟ ਆਪਣੇ ਆਪ ਹੀ ਤਿਆਰ ਹੋ ਜਾਊਗਾ ਕਿੰਨਾ ਕੁ ਤੇ ਹੈਲਪ ਮਿਲੂਗੀ ਤੁਸੀਂ ਟੱਚ ਦੇ ਵਿੱਚ ਰਹੋਗੇ ਪੜ੍ਹਾਈ ਦੇ ਹੁਣ ਸੀਟੈਟ ਦੇ ਲਈ ਮੈਂ ਜ਼ਰੂਰੀ ਕਿਉਂ ਕਹਿ ਰਿਹਾ ਕਿਉਂਕਿ ਆਪਾਂ ਨੂੰ ਪਤਾ 2024 ਦੇ ਵਿੱਚ ਵੋਟਾਂ ਆਉਣ ਵਾਲੀਆਂ ਅੱਗੇ ਸੈਂਟਰ ਦੀਆਂ ਤੇ ਵੋਟਾਂ ਦੇ ਜਿਹੜੇ ਉਮੀਦ ਇਹ ਕੀਤੀ ਜਾ ਸਕਦੀ ਹੈ ਵੀ ਕੇਵੀਐਸ ਦੀਆਂ ਪੋਸਟਾਂ ਕਾਫੀ ਸਾਰੀਆਂ ਆ ਸਕਦੀਆਂ ਜੇ ਤੁਹਾਡਾ ਸੀਟੈਟ ਕਲੀਅਰ ਹੋਊਗਾ ਫਿਰ ਵੀ ਤੁਸੀਂ ਕੇਵੀਐਸ ਲਈ ਜਾ ਸਕਦੇ ਹੋ ਨਾਲੇ ਜੇ ਤੁਸੀਂ ਪੀਐਸਟੈਟ ਦੀ ਵੀ ਤਿਆਰੀ ਕਰਦੇ ਹੋ ਤਾਂ ਸੀਟੈਟ ਦੇ ਪੇਪਰ ਤੋਂ ਵੀ ਕਾਫੀ ਹੈਲਪ ਮਿਲ ਜਾਂਦੀ ਆਪਾਂ ਨੂੰ ਪੇਪਰ ਤਿਆਰ ਕਰਨਾ ਸੇ ਇੱਕ ਸੀਟ ਮਿਲ ਜਾਂਦੀ ਆ ਤਾਂ ਪਲੀਜ਼ ਇਹਨੂੰ ਮਿਸ ਨਾ ਕਰਿਓ ਜੁਲਾਈ ਮਹੀਨੇ ਸੀਟਟ ਆ ਰਿਹਾ ਆਪਣੇ ਕੋਲ ਹਜੇ ਵੀ 2-3 ਮਹੀਨੇ ਹੈਗੇ ਆ ਆਰਾਮ ਨਾਲ ਤਿਆਰੀ ਹੋ ਸਕਦੀ ਆ ਜੇ ਬਿਲਕੁਲ ਕੋਈ ਫਰੈਸ਼ ਸਟੂਡੈਂਟ ਵੀ ਆ ਉਹ ਵੀ ਬਿਲਕੁਲ ਇੱਕ ਪਰਫੈਕਟ ਤਰੀਕਾ ਤਿਆਰੀ ਕਰ ਸਕਦਾ ਤੇ ਈਜ਼ੀਲੀ ਕ੍ਰੈਕ ਕਰ ਸਕਦਾ ਸੀਟਟ ਨੂੰ ਕੋਈ ਔਖੀ ਗੱਲ ਨਹੀਂ ਗੀ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆ ਨੈਕਸਟ ਅਪਡੇਟ ਦੀ ਪੀਐਸਟ ਪੇਪਰ 2 ਨੂੰ ਲੈ ਕੇ ਜਿਹੜਾ ਰੀਕੰਡਕਟ ਹੋਣ ਜਾ ਰਿਹਾ ਹੁਣ ਜਿਵੇਂ ਉਹਨਾਂ ਨੇ ਆਫੀਸ਼ੀਅਲ ਅਪਡੇਟ ਦੇ ਵਿੱਚ ਕਿਹਾ ਸੀਗਾ ਵੀ ਐਸਐਸਏ ਪੰਜਾਬ ਦੀ ਸਾਈਟ ਦੇ ਉੱਤੇ ਆਪਾਂ ਨੂੰ ਅਪਡੇ ਮੇਰਾ ਮੰਨਣਾ ਇਹ ਆ ਵੀ ਦੇਖੋ ਐਗਜ਼ਾਮ ਭਾਵੇਂ ਤਾਂ ਅਪ੍ਰੈਲ ਦੇ ਐਂਡ 'ਚ ਹੋਵੇ ਤੇ ਭਾਵੇਂ ਮਈ ਦੇ ਵਿੱਚ ਹੋਵੇ ਵੈਸੇ ਚਾਂਸ ਘੱਟ ਨੇ ਮਈ ਦੇ ਵਿੱਚ ਵੀ ਜਾ ਸਕਦਾ ਐਗਜ਼ਾਮ ਪਰ ਮੈਂ ਇਹੀ ਗੱਲ ਕਹੂੰਗਾ ਵੀ ਤੁਸੀਂ ਉਸ ਦੇ ਭਰੋਸੇ ਨਾ ਰਹੇ ਹੋ ਵੀ ਅਪਡੇਟ ਆਊਗਾ ਫੇਰ ਹੀ ਤਿਆਰੀ ਸ਼ੁਰੂ ਕਰਾਂਗੇ ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ ਵੀ ਅਪਡੇਟ ਆਉਣ ਦੇ 10 ਦਿਨਾਂ ਦੇ ਵਿੱਚ ਐਗਜ਼ਾਮ ਰੱਖ ਦੇਣ ਤਾਂ ਟਾਈਮ ਉਦੋਂ ਬਹੁਤ ਘੱਟ ਹੋਊਗਾ ਇਸ ਲਈ ਆਪਾਂ ਅਵੇਸਲੇ ਨਹੀਂ ਹੋਣਾਗਾ ਪੇਪਰ ਜਦੋਂ ਮਰਜ਼ੀ ਹੋਵੇ ਆਪਾਂ ਵੀ ਰੈਡੀ ਰਹਿਣਾ ਹੁਣ ਗੱਲ ਕਰ ਲੈਨੇ ਆਪਣੇ ਫਾਈਨਲ ਅਪਡੇਟ ਦੀ ਜਿਹੜੀ ਆ ਪੀਐਸਟੈਟ ਪੇਪਰ 1 ਦੇ ਕੈਨਸਲ ਨੂੰ ਲੈ ਕੇ ਪੀਐਸਟੈਟ ਪੇਪਰ 1 ਜਿਹੜਾ ਉਹ ਕਾਫੀ ਵਿਵਾਦਾਂ ਵਿਵਾਦਾਂ ਦੇ ਵਿੱਚ ਇਸ ਟਾਈਮ ਚੱਲ ਰਿਹਾ ਕਿਉਂਕਿ ਕਈ ਕੈਂਡੀਡੇਟਸ ਦਾ ਇਹ ਕਹਿਣਾ ਸੀਗਾ ਵੀ ਪੀਐਸਟੈਟ ਪੇਪਰ 1 ਜਿਹੜਾ ਸੀਗਾ ਉਹਨਾਂ ਨੂੰ ਮਿਸਪ੍ਰਿੰਟ ਆਇਆ ਸੀ ਕਈਆਂ ਨੂੰ ਪੇਪਰ ਲੇਟ ਮਿਲਿਆ ਸੀਗਾ ਜਾਂ ਕਈਆਂ ਨੂੰ ਸੈਂਟਰ 'ਚ ਨਹੀਂ ਐਂਟਰੀ ਦਿੱਤੀ ਗਈ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੈਂਟਰ 'ਚੋਂ ਤਾਂ ਇਹੋ ਜੇ ਕੇਸ ਕਾਫੀ ਦੇਖਣ ਨੂੰ ਮਿਲੇ ਸੀ ਆਪਾਂ ਨੂੰ ਜਿਸ ਕਰਕੇ ਪੀਐਸਟੈਟ ਪੇਰ 1 ਦੀ ਕੈਨਸਲ ਹੋਣ ਦੀ ਜ ਹੁਣ ਵੈਸਤੇ ਉਹਦੀ ਅਨਸ ਪਰ ਫਿਰ ਵੀ ਜਿਹੜੇ ਸਟੂਡੈਂਟਸ ਨੇ ਕਾਫੀ ਸਾਰੇ ਮੁੱਦੇ ਉੱਠ ਰਹੇ ਨੇ ਵੀ ਸਾਡੇ ਨਾਲ ਤੱਕਾ ਹੋਇਆ ਤੇ ਜੋ ਕਿ ਗੱਲ ਸਹੀ ਵੀ ਆ ਉਹਨਾਂ ਨਾਲ ਜੇ ਤੱਕਾ ਹੋਇਆ ਤਾਂ ਉਹਨਾਂ ਨੂੰ ਇੱਕ ਨਿਆਂ ਮਿਲਣਾ ਜ਼ਰੂਰੀ ਆ ਭਾਵੇਂ ਤਾਂ ਸਰਕਾਰ ਪੇਪਰ ਦੁਬਾਰਾ ਕੰਡਕਟ ਕਰਾਵੇ ਤੇ ਭਾਵੇਂ ਉਹਨਾਂ ਦੇ ਸਟੂਡੈਂਟਸ ਦਾ ਹੀ ਕੈਂਡੀਡੇਟਸ ਦਾ ਪੇਪਰ ਦੁਬਾਰਾ ਲਵੇ ਜਿਵੇਂ ਵੀ ਕਰੇ ਸਰਕਾਰ ਨੂੰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਪਰ ਇੱਥੇ ਗੱਲ ਇਹ ਨਿਕਲ ਕੇ ਆਉਂਦੀ ਆ ਹੁਣ ਕੁਐਸਚਨ ਆਨਸਰ ਦੇ ਉਹਨਾਂ ਨੇ ਇਹ ਬੁੱਕਲੇਟਸ ਤਾਂ ਪ੍ਰੋਵਾਈਡ ਕਰਾਤੀਆਂ ਆਪਾਂ ਨੂੰ ਨਾਲ ਦੀ ਨਾਲ ਉਹਨਾਂ ਨੇ 6 ਤਰੀਕ ਦੇ ਰਾਸ ਜੱਟ ਦਿੱਤੀ ਸੀ ਕਿ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਆਨਸਰ ਤਾਂ ਇਹ ਸਾਰਾ ਪ੍ਰੋਸੈਸ ਉਹਨਾਂ ਨੇ ਬੰਨਿਆ ਤਾਂ ਕੰਪਲੀਟ ਕਰ ਚੁੱਕੇ ਆ ਉਹ ਹੁਣ ਇੱਥੋਂ ਨਾ ਮੇਨ ਇੱਕ ਨਿਊਜ਼ ਨਿਕਲ ਕੇ ਆ ਰਹੀ ਹੈ ਇੱਕ ਕੈਂਡੀਡੇਟ ਨੇ ਹਰਜੋਤ ਬੈਂਸ ਜੋ ਕਿ ਆਪਣੇ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਨਾਲ ਸਿੱਧੀ ਗੱਲ ਕੀਤੀ ਸੀ ਫਾਜ਼ਿਲਕਾ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਸੀਗਾ ਵੀ ਦੇਖੋ ਸਾਡਾ ਪੇਪਰ ਮਿਸਪ੍ਰਿੰਟ ਆਇਆ ਸੀਗਾ ਤੇ ਸਾਡੇ ਨਾਲ ਤਕਾ ਹੋਇਆ ਸਾਡੇ ਕੁਐਸਚਨ ਅਟੈਂਪਟ ਨਹੀਂ ਹੋ ਪਾਈ ਇਸ ਚੱਕਰ ਦੇ ਵਿੱਚ ਤੇ ਸਾਨੂੰ ਨਿਆ ਚਾਹੀਦਾ ਤੇ ਅੱਗੋਂ ਉਹਨਾਂ ਦਾ ਇਹ ਕਹਿਣਾ ਸੀਗਾ ਜਿਸ ਤੋਂ ਨਾਲ ਉਹ ਕਹਿ ਰਹੇ ਨੇ ਹੁਣ ਮੈਨੂੰ ਨਹੀਂ ਪਤਾ ਵੀ ਕਿੰਨੀ ਕ ਇਸ ਗੱਲ 'ਚ ਸੱਚਾਈ ਹੈਗੀ ਆ ਜਿਹੜੀ ਚੀਜ਼ ਮੈਨੂੰ ਪਤਾ ਮੈਂ ਤੁਹਾਨੂੰ ਦੱਸ ਰਿਹਾ ਉਹਨਾਂ ਨੇ ਕਿਹਾ ਵੀ ਹਰਜੋਤ ਸਿੰਘ ਬੈਂਸ ਦਾ ਅਗੋ ਜਵਾਬ ਇਹ ਸੀਗਾ ਵੀ ਦੇਖੋ ਭਾਸ਼ਾ ਦਾ ਦੋਵਾਂ ਦੇ ਵਿੱਚ ਕੁਐਸਚਨ ਆਉਂਦਾ ਤੇ ਤੁਸੀਂ ਦੂਸਰੀ ਭਾਸ਼ਾ ਦਾ ਯੂਜ਼ ਕਰਕੇ ਕਰ ਲੈਂਦੇ ਤਾਂ ਉਹਨਾਂ ਮੰਨਿਓ ਇਹ ਜਵਾਬ ਆਇਆ ਸੀਗਾ ਤੇ ਇਸੇ ਕਰਕੇ ਹੁਣ ਸਟੂਡੈਂਟਸ ਦੇ ਅੰਦਰ ਇਹ ਰੋਸ ਆ ਵੀ ਉਹਨਾਂ ਮੰਨਿਆਂ ਦਾ ਸਿੱਧੇ ਇਹ ਜਵਾਬ ਆ ਗਿਆ ਵੀ ਤੁਸੀਂ ਦੂਸਰੀ ਭਾਸ਼ਾ 'ਚ ਕਰ ਲੈਂਦੇ ਪਰ ਅਸਲ 'ਚ ਫੈਸਿਲਿਟੀ ਹੁਣ ਦੋਵੇਂ ਭਾਸ਼ਾ ਦੀ ਹੁੰਦੀ ਹੈ ਹੁਣ ਕਿਸੇ ਬੱਚੇ ਨੂੰ ਪੰਜਾਬੀ ਦੇ ਵਿੱਚ ਪੜ੍ਹਨਾ ਸਹੀ ਲੱਗਦਾ ਕਿਸੇ ਨੂੰ ਇੰਗਲਿਸ਼ ਦੇ ਵਿੱਚ ਪੜ੍ਹਨਾ ਸਹੀ ਲੱਗਦਾ ਕੁਐਸਚਨ ਤਾਂ ਫਿਰ ਜਿਵੇਂ ਸਰ ਉਹ ਕਹਿ ਰਹੀ ਆ ਤਾਂ ਸਰਕਾਰ ਸਿੱਧਾ ਇਹ ਕਹਿਣਾ ਚਾਹ ਰਹੀ ਆ ਵੀ ਆਪ ਹੁਣ ਇਸ ਜਵਾਬ ਦੇ ਵਿੱਚ ਜਿਹੜੀ ਪੀਐਸਟੈਟ ਯੂਨੀਅਨ ਪੰਜਾਬ ਆ 7 ਤਰੀਕ ਵਾਲੇ ਦਿਨ ਮਤਲਬ ਅੱਜ ਸ਼ੁੱਕਰਵਾਰ ਸਵੇਰ 10 ਵਜੇ ਉਹਨਾਂ ਨੇ ਧਰਨਾ ਲਾਇਆ ਸੀਗਾ ਜਿਦੇ ਵਿੱਚ ਉਹਨਾਂ ਨੇ ਰਿਕੁਐਸਟ ਕੀਤੀ ਸਾਰਿਆਂ ਨੂੰ ਵੱਤਵਤ ਪਹੁੰਚਣ ਦੀ ਤਾਂ ਹੁਣ ਉਸ ਬਾਰੇ ਅਪਡੇਟ ਜਦੋਂ ਆਊਗਾ ਮੈਂ ਤੁਹਾਨੂੰ ਦੱਸ ਦੂੰਗਾ ਪਰ ਮੈਨੂੰ ਇਸ ਤੱਕ ਇਹ ਲੱਗਦਾ ਪਿਆ ਸਰਕਾਰ ਦਾ ਹਜੇ ਤੱਕ ਕੋਈ ਇਸ ਨੂੰ ਲੈ ਕੇ ਰਿਸਪਾਂਸ ਨਹੀਂ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਅਨਸਰ ਕੀ ਦਿੱਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਰਿਜ਼ਲਟ ਦੇਤਾ ਹੋ ਸਕਦਾ ਵੀ ਜੇ ਸਟੂਡੈਂਟਸ ਸਟਰੈਂਥ ਦਿਖਾਉਣਾ ਅਸੀਂ ਦੀ ਤੇ ਕਈ ਸਟੂਡੈਂਟਸ ਦਾ ਜੇ ਅਨਫੋਰਚੂਨਟਲੀ ਨੰਬਰ ਘੱਟ ਬਣੇ ਨੇ ਕਈਆਂ ਨੇ ਮੈਂ ਦੇਖਿਆ ਸੀ ਕਿ ਬੱਚੇ ਕਹਿ ਰਹੇ ਸੀ ਮੇਰੇ 85 ਨੰਬਰ ਹੀ ਬਣ ਰਹੇ ਆ ਕਈ ਕਹਿ ਰਹੇ ਸੀ 87 ਨੰਬਰ ਹੀ ਬਣ ਰਹੇ ਆ ਉਹਨਾਂ ਲਈ ਵੀ ਫਿਰ ਇੱਕ 골ਡਨ ਚਾਂਸ ਬਣ ਜਾਊਗਾ ਵੀ ਪੇਪਰ ਦੁਬਾਰਾ ਹੋਊਗਾ ਤੇ ਫਿਰ ਉਹਨਾਂ ਲਈ ਵੀ ਇਹ ਚਾਂਸ ਹੋਊਗਾ ਵੀ ਦੁਬਾਰਾ ਪੇਪਰ ਭਰ ਸਕਦੇ ਨੇ ਤਾਂ ਜਿਹੋ ਜਿਹਾ ਮਰਜ਼ੀ ਫੈਸਲਾ ਆਵੇ ਤੁਹਾਨੂੰ ਇੱਕ ਚੀਜ਼ ਆਪਦੀ ਵੀ ਕਲੀਅਰ ਰੱਖਣੀ ਆ ਵੀ ਤੁਹਾਨੂੰ ਆਪਦੀ ਤਿਆਰੀ ਨੂੰ ਬਰਕਰਾਰ ਰੱਖਣਾ ਭਾਵੇਂ ਤਾਂ ਪੀਐਸਟੈਟ ਪਰ 1 ਦੀ ਹੋਵੇ ਭਾਵੇਂ 2 ਦੀ ਹੋਵੇ ਆਲ ਟਾਈਮ ਦੇ ਵਿੱਚ ਸੀਟੈਟ ਵੀ ਆ ਰਿਹਾ ਤੁਸੀਂ ਆਪਦੀ ਤਿਆਰੀ ਨੂੰ ਜਾਰੀ ਰੱਖਣਾ ਵੀ ਹੈ ਪਤਾ ਨਹੀਂ ਪੇਪਰ ਹੋਊਗਾ ਕਿ ਨਹੀਂ ਹੋਊਗਾ ਤੇ ਉਹਨਾਂ ਨੇ ਪੇਪਰ ਦੁਆਰਾ ਲੈ ਲਿਆ ਤੇ ਉਹਨਾਂ ਨੇ ਦਿਨ ਵੀ ਦੱਸ ਹੀ ਦਿੱਤੇ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰੋਗੇ ਤੇ ਇਸੇ ਲਈ ਮੈਂ ਕਹਿਣਾ ਵੀ ਤੁਹਾਡੇ ਹੱਥ ਦੇ ਵਿੱਚ ਸਿਰਫ ਇੱਕ ਹੀ ਚੀਜ਼ ਆ ਉਹ ਹੈਗੀ ਆ ਆਪਦੀ ਤਿਆਰੀ ਜਿੰਨੀ ਤੁਸੀਂ ਤਿਆਰੀ ਪੱਕੀ ਰੱਖੋਗੇ ਥੋੜਾ ਉਹਨਾਂ ਹੀ ਫਾਇਦਾ ਹੋਣ ਵਾਲਾ ਪੇਪਰ ਦੇ ਵਿੱਚ ਉਹਨੇ ਤੁਹਾਡੇ ਚਾਂਸ ਜਿਹੜੇ ਆ ਵੱਧ ਜਾਣਗੇ ਤੁਹਾਡੇ ਪੇਪਰ ਕਲੀਅਰ ਹੋਣ ਦੇ ਤੇ ਸੀਟੈਟ ਨੂੰ ਲੈ ਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਗਾ ਵੀ ਸੀਟੈਟ ਜੇ ਤੁਹਾਡਾ ਨਹੀਂ ਕਰ ਕਲੀਅਰ ਹੋਇਆ ਹੋਇਆ ਤਾਂ ਪਲੀਜ਼ ਸੀਟੈਟ ਨੂੰ ਮਿਸ ਨਾ ਕਰਿਆ ਕਰੋ ਹਰ ਇੱਕ ਰੀ ਭਰੀ ਜਾਇਆ ਕਰੋ ਤੁਹਾਡੀ ਪ੍ਰੈਕਟਿਸ ਹੁੰਦੀ ਰਹਿੰਦੀ ਆ ਸੀਟੈਟ ਨੂੰ ਤੁਸੀਂ ਕਈ ਬੱਚੇ ਤਾਂ ਐਵੇਂ ਛੱਡ ਦਿੰਦੇ ਆ ਵੀ ਚਲੋ ਸੀਟੈਟ ਨਾਲ ਕਿਹੜਾ ਕੋਈ ਪੋਸਟ ਆਉਣੀ ਆ ਪਰ ਮੈਨੂੰ ਇਹ ਲੱਗਦਾ ਵੀ 2024 ਦੇ ਵਿੱਚ ਹੁਣ ਪੋਸਟਾਂ ਆਉਣ ਵਾਲੀਆਂ ਨੇ ਕੇਵੀਐਸ ਦੀਆਂ ਤਾਂ ਅਗਰ ਕੀ ਕਿਤਨਾ ਕਿਤੇ ਮੌਕਾ ਹੈਗਾ ਹਜੇ ਆਪਣੇ ਕੋਲੇ ਸੀਟੈਟ ਨੂੰ ਕਲੀਅਰ ਕਰਕੇ ਉੱਥੇ ਵੀ ਇੱਕ ਸੀਟ ਬਣਾਉਂਦਾ ਤਾਂ ਮੇਰੀ ਇੱਕ ਇਹੀ ਬੇਨਤੀ ਆ ਵੀ ਸੀਟੈਟ ਦੀ ਤਿਆਰੀ ਵੀ ਤੁਸੀਂ ਆਪਦੀ ਕਰੀ ਚੱਲੋ ਪੀਐਸਟੈਟ ਪੇਪਰ 2 ਦੀ ਵੀ ਤਿਆਰੀ ਕਰੀ ਚੱਲੋ ਨਾਲ ਦੀ ਨਾਲ ਸਟੂਡੈਂਟਸ ਨੂੰ ਉਹਨਾਂ ਨੂੰ ਵੀ ਕਹਿਣਾ ਚਾਹੁੰਗਾ ਵੀ ਜਿਹੜੇ ਬੱਚਿਆਂ ਨਾਲ ਧੱਕਾ ਹੋਇਆ ਉਹਨਾਂ ਲਈ ਵੀ ਮੈਂ ਇਹੀ ਗੱਲ ਕਹੂੰਗਾ ਵੀ ਮੈਂ ਵੀ ਤੁਹਾਡੇ ਨਾਲ ਆ ਬਾਕੀ ਬਾਕੀਆਂ ਨੂੰ ਵੀ ਸਾਥ ਦੇਣਾ ਚਾਹੀਦਾ ਕਿਉਂਕਿ ਮੈਂ ਇਹ ਚਾਹਣਾ ਵੀ ਕਿਸੇ ਨਾਲ ਧੱਕਾ ਨਾ ਹੋਵੇ ਸਾਰਿਆਂ ਲਈ ਸਮਾਨਤਾ ਹੋਣੀ ਜ਼ਰੂਰੀ ਆ ਬੱਚਾ ਇਨੀ ਮਿਹਨਤ ਕਰਦਾ ਸਾਰਾ ਸਾਲ ਮਿਹਨਤ ਕਰਦਾ ਐਂਡ ਉੱਤੇ ਜਾ ਕੇ ਜੇ ਉਹਦੇ ਨਾਲ ਇਹੋ ਜਿਹਾ ਕੁਝ ਹੋ ਰਿਹਾ ਤਾਂ ਕਿਤੇ ਨਾ ਕਿਤੇ ਬਹੁਤ ਗਲਤ ਆ ਇਹ ਚੀਜ਼ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਆਪਾਂ ਨੂੰ ਬਾਕੀ ਤੁਸੀਂ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਕਿ ਪੇਪਰ ਸਾਰਾ ਰੱਦ ਹੋਣਾ ਚਾਹੀਦਾ ਕਿ ਕੱਲੇ ਉਹਨਾਂ ਸਟੂਡੈਂਟਸ ਦਾ ਹੀ ਪੇਪਰ ਦੁਬਾਰਾ ਹੋਣਾ ਚਾਹੀਦਾ ਜਿਨ੍ਹਾਂ ਦਾ ਪੇਪਰ ਖਰਾਬ ਹੋਇਆ ਸੀ ਦੂਸ ਪੇਪਰ 2 ਦੀ ਵੀ ਤੇ ਆਪਦੀ ਇਸ ਤਿਆਰੀ ਨੂੰ ਜਾਰੀ ਰੱਖੋ ਤੁਸੀਂ ਅਪਡੇਟ ਔਨ ਦੀ ਵੇਟ ਨਾ ਕਰਿਆ ਕਰੋ ਵੀ ਕਦੋਂ ਅਪਡੇਟ ਆਊਗਾ ਕਿਦੋਂ ਪੇਪਰ ਹੋਊਗਾ ਆਪਣੀ ਤਿਆਰੀ ਨੂੰ ਕੰਟੀਨਿਊ ਨਾਲ ਨਾਲ ਰੱਖੋ ਆਪਣੇ ਨੂੰ ਮੇਰੀ ਇਹੀ ਬੇਨਤੀ ਹੈ ਤੁਹਾਡੇ ਲਈ ਜੇ ਤੁਸੀਂ ਸਾਇੰਸ ਦੀ NCERT ਸ਼ੁਰੂ ਤੋਂ ਕਰਨਾ ਚਾਹੋ ਤਾਂ ਉਸ ਦੇ ਲਈ ਵੀ ਆਪਾਂ ਵੀਡੀਓਜ਼ ਪਾਈਆਂ ਹੋਈਆਂ ਨੇ 6 ਤੋਂ 8th NCERT ਦੀ ਡਿਟੇਲ ਦੇ ਵਿੱਚ ਕਵਰ ਕੀਤੀ ਹੋਈ ਹੈ ਤੁਸੀਂ ਪਲੇਲਿਸਟ ਜਾ ਕੇ ਦੇਖ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ ਤੇ ਸਾਇੰਸ ਦੇ ਟੋਪਿਕ ਵਾਈਜ਼ ਵੀ ਵੀਡੀਓ ਪਈਆਂ ਨੇ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਤੇ ਫਿਰ ਸੀਡੀਪੀ ਦੀ ਵੀ ਆਪਾਂ ਇੱਕ ਪਲੇਲਿਸਟ ਬਣਾਈ ਹੋਈ ਆ ਉਹ ਵੀ ਜਾ ਕੇ ਦੇਖ ਸਕਦੇ ਹੋ ਪੂਰਾ ਇੱਕ ਇੱਕ ਚੈਪਟਰ ਡਿਟੇਲ ਦੇ ਵਿੱਚ ਕੀਤਾ ਹੋਇਆ ਤੁਸੀਂ ਉਹ ਕਰਜੋਗੇ ਤੁਹਾਨੂੰ ਪੇਪਰ ਦੇ ਵਿੱਚ ਆਰਾਮ ਨਾਲ 20 ਪਲੱਸ ਦਾ ਮਾਰਕਸ ਬਣਨਗੇ ਬਣਨਗੇ 30 ਵਿੱਚੋਂ ਦੇ ਤੇ ਤੁਸੀਂ ਨਾਲ ਨਾਲ ਪ੍ਰੈਕਟਿਸ ਵੀ ਕਰ ਰਹੇ ਹੋ ਹੁਣ ਮੈਂ ਮੌਕ ਟੈਸਟ ਵੀ ਲੈ ਕੇ ਆ ਉਹਨੂੰ ਵੀ ਅਟੈਂਪਟ ਕਰੋ ਤੁਹਾਨੂੰ ਪਤਾ ਲੱਗ ਜਾਊਗਾ ਤੁਸੀਂ ਪੇਪਰ ਦੇ ਵਿੱਚ 20 30 ਮਿੰਟਾਂ ਦੇ ਵਿੱਚ ਤੁਸੀਂ ਆਪਣਾ ਕਿਵੇਂ ਪੇਪਰ ਅਟੈਂਪਟ ਕਰ ਸਕਦੇ ਹੋ ਜਾਂ ਕਿੰਨੇ ਨੰਬਰ ਤੁਹਾਡੇ ਬਣ ਸਕਦੇ ਨੇ ਤਾ ਇੱਥੇ ਤੁਹਾਨੂੰ ਟਾਈਮ ਮੈਨੇਜਮੈਂਟ ਦੀ ਵੀ ਹੈਲਪ ਮਿਲੂਗੀ ਹੁਣ ਕਈ ਬੱਚਿਆਂ ਨਾਲ ਹੁੰਦਾ ਕਿ ਆ ਵੀ ਉਹ ਤਿਆਰੀ ਤਾਂ ਸਾਰੀ ਕਰ ਜਾਂਦੇ ਨੇ ਸਿਲੇਬਸ ਸਾਰਾ ਨਿਵੇੜ ਜਾਂਦੇ ਨੇ ਪਰ ਫਾਈਨਲੀ ਪੇਪਰ ਦੇ ਵਿੱਚ ਜਾ ਕੇ ਉਹਨਾਂ ਤੋਂ ਟਾਈਮ ਮੈਨੇਜ ਨਹੀਂ ਹੁੰਦਾ ਤੇ ਉਹਨਾਂ ਦਾ ਪੇਪਰ ਰਹਿ ਜਾਂਦਾ ਤੇ ਤੁਸੀਂ ਵੀ ਉਸ ਚੀਜ਼ ਦਾ ਸ਼ਿਕਾਰ ਨਾ ਹੋ ਇਸ ਕਰਕੇ ਤੁਸੀਂ ਮੌਕ ਟੈਸਟ ਵੀ ਆਫ ਦਾ ਅਟੈਂਪਟ ਕਰੀ ਜਾਇਆ ਕਰੋ ਆਲਰੇਡੀ ਦੋ ਮੌਕ ਟੈਸਟ ਮੈਂ ਪਾਏ ਹੋਏ ਨੇ ਤੁਸੀਂ ਅਟੈਂਪਟ ਕਰਕੇ ਦੇਖੋ ਵੀ ਤੁਸੀਂ ਟਾਈਮ ਦੇ ਉੱਤੇ ਜਵਾਬ ਦੇ پا ਰਹੇ ਹੋ 20 ਸੈਕਿੰਡ ਦੇ ਵਿੱਚ ਕਿ ਨਹੀਂ ਜੇ ਤੁਹਾਨੂੰ ਟਾਈਮ ਲੱਗਦਾ ਪਿਆ ਤਾਂ ਵੀ ਤੁਹਾਡੀ ਪ੍ਰੈਕਟਿਸ ਹੋ ਜਾਊਗੀ ਪੇਪਰ ਦੇ ਲਈ ਤਾਂ ਤੁਸੀਂ ਮੌਕ ਟੈਸਟ ਵੀ ਜ਼ਰ ਆਲਰੇਡੀ 14-15 ਕਲਾਸਾਂ ਕੀਤੀਆਂ ਨੇ ਆਪਾਂ ਜਿਹਦੇ ਵਿੱਚ ਆ ਪੈਨਸੀ ਐਫ ਤੇ ਐਨਪੀ ਹੋਣੇ ਕੀਤਾ ਤੁਸੀਂ ਉਹ ਵੀ ਜਾ ਕੇ ਦੇਖਿਓ ਤੁਹਾਨੂੰ ਪੇਪਰ ਤੇ ਜ਼ਰੂਰ ਹੈਲਪ ਮਿਲੂਗੀ ਤਾਂ ਮਿਲਦੇ ਆਪਾਂ ਇੱਕ ਨਵੀਂ ਅਪਡੇਟ ਤੇ ਵੀਡੀਓ ਦੇ ਨਾਲ ਟਿਲ ਦੈਨ ਸਟੇ ਸੇਫ ਐਂਡ